ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ, ਕੀ ਕੁਝ ਕਿਹਾ ਜਾ ਰਿਹਾ, ਤੁਸੀਂ ਵੀ ਸੁਣੋ। ਅਕਾਲੀ ਦਲ ਦੇ ਜੋ ਉਮੀਦਵਾਰ ਸਨ, ਬੀਬੀ ਸਰਜੀਤ ਕੌਰ ਜੀ, ਜਿਨ੍ਹਾਂ ਨੇ ਜਿਵੇਂ ਪਵਨ ਟੀਨੂ ਜੀ ਹੋਰਾਂ ਨੇ ਕਿਹਾ ਕਿ ਜਥੇਦਾਰ ਪ੍ਰੀਤਮ ਸਿੰਘ ਜੀ, ਜਿਨ੍ਹਾਂ ਨੇ ਬਹੁਤ ਇਸ ਆਪਣੇ ਇਲਾਕੇ ਦੀ ਸੇਵਾ ਨਿਮਰ ਹੋ ਕੇ ਕੀਤੀ, ਧਾਰਮਿਕ ਤੌਰ 'ਤੇ ਵੀ, ਰਾਜਨੀਤਿਕ ਤੌਰ 'ਤੇ ਵੀ, ਸਮਾਜਿਕ ਤੌਰ 'ਤੇ ਵੀ ਲੋਕਾਂ ਨਾਲ ਵਰਤੇ। ਉਹ ਆਪ ਵੀ ਨਗਰ ਕੌਂਸਲ ਦੇ ਮੈਂਬਰ ਬਣੇ ਔਰ ਉਸ ਤੋਂ ਬਾਅਦ ਜੇ ਕਹੀਏ ਦੋ ਵਾਰ ਬੀਬੀ ਜੀ ਸੁਰਜੀਤ ਕੌਰ ਜੀ ਵੀ ਨੁਮਾਇੰਦਗੀ ਕਰ ਚੁੱਕੇ ਹੈ। ਔਰ ਅੱਜ ਜੋ ਆਮ ਆਦਮੀ ਪਾਰਟੀ, ਪੰਜਾਬ ਦੀ ਸਰਕਾਰ, ਸਰਦਾਰ ਭਗਵੰਤ ਸਿੰਘ ਮਾਨ, ਜਿਨ੍ਹਾਂ 'ਤੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਮਿਹਰ ਕੀਤੀ ਔਰ ਅੱਜ ਉਹ ਸਰਕਾਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਲੋਕ ਪੱਖੀ ਨੀਤੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ 'ਚ ਵੇਖਣ ਨੂੰ ਘੱਟ ਮਿਲਦੀਆਂ ਸਨ, ਜਿਹੜੀਆਂ ਉਹਨਾਂ ਨੇ ਲੋਕਾਂ ਦੇ ਸਾਹਮਣੇ ਰੱਖੀਆਂ, ਚਾਹੇ ਨੌਕਰੀਆਂ ਤੋਂ ਲੈ ਲਈਏ, ਹਰ ਇੱਕ ਵਰਗ ਲਈ ਬਿਜਲੀ ਦੀ ਛੋਟ ਦੇਣੀ ਔਰ ਜ਼ੀਰੋ ਬਿੱਲ ਲਾਉਣੇ, ਇਹ ਸਾਰੀਆਂ ਗੱਲਾਂ। ਔਰ ਬੀਬੀ ਜੀ ਹੋਰਾਂ ਦਾ ਸਾਡੀ ਪਾਰਟੀ ਵਿੱਚ ਆਉਣਾ, ਪਾਰਟੀ ਨੂੰ ਮਜ਼ਬੂਤ ਕਰਨਾ, ਅੱਜ ਜਦੋਂ ਚੋਣ ਮੁਹਿੰਮ ਪੂਰੀ ਭਖਦੀ ਜਾ ਰਹੀ ਹੈ, ਉਹਦੇ ਵਿੱਚ ਆ ਕੇ ਸ਼ਾਮਿਲ ਹੋਣਾ ਅਤੇ ਵੱਡਾ ਯੋਗਦਾਨ ਪਾਉਣਾ ਸਾਰਿਆਂ ਲਈ, ਸਾਡੀ ਪਾਰਟੀ ਲਈ ਬਹੁਤ ਖੁਸ਼ੀ ਦੀ ਗੱਲ ਹੈ, ਹੌਂਸਲੇ ਦੀ ਗੱਲ ਹੈ। ਬੀਬੀ ਜੀ ਹੋਰਾਂ ਨੇ ਵੀ ਇਹ ਫੈਸਲਾ ਕਿਸੇ ਗੱਲ 'ਤੇ ਕਿ ਜਿਹੜਾ ਰਾਜਨੀਤਿਕ ਬੰਦਾ ਹੁੰਦਾ, ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਸਾਂਝ ਹੁੰਦੀ ਹੈ ਅਤੇ ਉਹ ਹੱਲ ਕਰਵਾਉਣ ਦੇ ਲਈ ਆਪਣੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਕਿਸੇ ਵੀ ਪਾਰਟੀ 'ਚ ਕਿਸੇ ਦਾ ਵੀ ਜੇ ਕੋਈ ਨਾਲ ਰਲਦਾ ਹੈ ਤਾਂ ਉਹ ਸਮਝਦਾ ਵੀ ਲੋਕਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਲੋੜਾਂ ਅਤੇ ਗੱਲਾਂ ਪੂਰੀਆਂ ਹੋਣ। ਸੋ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ 'ਤੇ ਬਹੁਤ ਵੱਡਾ ਭਰੋਸਾ ਹੈ ਔਰ ਇਹ ਵੀ ਗੱਲ ਹੈ ਕਿ ਉਹ ਇੱਕ ਵਰਗ ਦੀ ਤਰਜਮਾਨੀ ਨਹੀਂ ਕਰਦੇ, ਚਾਹੇ ਉਹ ਕਿਸਾਨੀ ਹੈ, ਮਜ਼ਦੂਰ ਹੈ, ਚਾਹੇ ਵਪਾਰੀ ਹੈ ਔਰ ਚਾਹੇ ਮੁਲਾਜ਼ਮਤ ਕਰਨ ਵਾਲੇ ਲੋਕ ਨੇ, ਸਾਰਿਆਂ ਦੀ ਸੁਚੱਜੇ ਢੰਗ ਨਾਲ ਤਰਜਮਾਨੀ ਕਰਦੇ ਨੇ ਔਰ ਉਹਨਾਂ ਨੂੰ ਦੇਖਦਿਆਂ ਹੋਇਆਂ ਬੀਬੀ ਜੀ ਹੋਰਾਂ ਨੇ ਸਾਡੇ ਵਿੱਚ ਸ਼ਮੂਲੀਅਤ ਕੀਤੀ ਹੈ। ਮੈਂ ਆਪਣੇ ਵੱਲੋਂ ਆਪਣੇ ਸਤਿਕਾਰਯੋਗ ਭੈਣ ਜੀ ਹੋਰਾਂ ਨੂੰ ਜੀ ਆਇਆਂ ਕਹਿਣਾ ਔਰ ਇਸ ਗੱਲ ਦਾ ਵੀ ਵਿਸ਼ਵਾਸ ਦਿਵਾਉਣਾ ਕਿ ਜਿੱਡਾ ਤੁਸੀਂ ਸਾਡੇ 'ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ, CM ਸਾਹਿਬ 'ਤੇ, ਤੁਹਾਨੂੰ ਕਦੇ ਵੀ ਕਿਹੋ ਇਹੋ ਜਿਹੀ ਗੱਲ ਸਾਡੇ ਪ੍ਰਤੀ ਨਹੀਂ ਆਊਗੀ ਕਿ ਅਸੀਂ ਤੁਹਾਡੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਔਰ ਤੁਹਾਨੂੰ ਤੁਹਾਡਾ ਇੱਜ਼ਤ ਮਾਨ ਸਨਮਾਨ ਅੱਜ ਨਾਲੋਂ ਵੀ ਵੱਧ ਹਮੇਸ਼ਾ ਲਈ ਕਰਾਂਗੇ। ਤੁਹਾਨੂੰ ਜਿੱਥੇ ਕਿਤੇ ਸੇਵਾ ਦੀ ਲੋੜ ਆ, ਸੇਵਾ ਦੇ ਵੀ ਲਈ ਵੀ ਵੰਗਾਰਾਂਗੇ ਔਰ ਤੁਹਾਨੂੰ ਕਈ ਜ਼ਿੰਮੇਵਾਰੀਆਂ ਵੀ ਪਾਰਟੀ ਵੱਲੋਂ, ਸਰਕਾਰ ਵੱਲੋਂ ਸਮੇਂ ਆਉਣ 'ਤੇ ਦਿੱਤੀਆਂ ਜਾਣਗੀਆਂ। ਫਿਰ ਮੈਂ ਦੁਬਾਰਾ ਤੁਹਾਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ 'ਤੇ ਵਧਾਈ ਵੀ ਦਿੰਦਾ, ਜੀ ਆਇਆਂ ਵੀ ਆਖਦਾ ਔਰ ਵਿਸ਼ਵਾਸ ਵੀ ਦਿਵਾਉਂਦਾ ਕਿ ਤੁਸੀਂ ਸਾਡੇ ਭੈਣ ਭਰਾ ਹੋ। ਕਾਕਾ ਦੀਪ ਹੋਰਾਂ ਨੂੰ ਵੀ, ਸਾਡੇ ਬਹੁਤ ਹੀ ਹਰਮਨ ਪਿਆਰੇ ਔਰ ਸ਼ਰੀਫ ਪਰਿਵਾਰ, ਸ਼੍ਰੀ ਚੂਨੀ ਲਾਲ ਜੀ ਭਗਤ ਸਾਹਿਬ, ਉਹਨਾਂ ਨੂੰ ਸਾਰੇ ਲੋਕ ਜਾਣਦੇ ਆ, ਉਹਨਾਂ ਦੇ ਬੇਟੇ ਮਹਿੰਦਰ ਭਗਤ ਜੀ ਸਾਡੇ ਉਮੀਦਵਾਰ ਨੇ, ਜਿਹੜੀ ਜਿਸਦੇ ਸਦਕਾ ਸਾਨੂੰ ਸਾਰੇ ਹੀ ਇਸ ਇਲਾਕੇ 'ਚ ਬਹੁਤ ਵੱਡਾ ਸਮਰਥਨ ਮਿਲਦਾ ਅਤੇ ਅੱਜ
ਭੈਣ ਜੀ ਹੋਰਾਂ ਦਾ, ਸੁਰਜੀਤ ਕੌਰ ਜੀ ਹੋਰਾਂ ਦਾ, ਸਰਦਾਰ ਪ੍ਰੀਤਮ ਸਿੰਘ ਜੀ ਸਵਰਗਵਾਸੀ ਜਥੇਦਾਰ ਸਾਹਿਬ ਦੇ ਪਰਿਵਾਰ ਦਾ ਸਾਡੇ ਵਿੱਚ ਆਉਣਾ, ਉਹਨਾਂ ਦੇ ਸਾਥੀਆਂ ਦਾ ਆਉਣਾ ਸਾਨੂੰ ਬਹੁਤ ਵੱਡਾ ਬਲ ਮਿਲਿਆ। ਇਸ ਚੋਣ ਮੈਂ ਨੂੰ ਪਕਾਇਆ ਔਰ ਅਸੀਂ ਪੂਰੀ ਸ਼ਾਨ ਨਾਲ ਇਸ ਤੋਂ ਜਿੱਤਾਂਗੇ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ। ਮਾਨ ਸਿੰਘ ਦਾ, ਮੁੱਖ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਅਸੀਂ ਅੱਜ ਇਹਨਾਂ 'ਚ ਸ਼ਾਮਿਲ। ਵਾਹਿਗੁਰੂ ਜੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਮਾਨ ਸਾਹਿਬ ਜੀ ਦਾ, ਮੁੱਖ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅੱਜ ਇਹਨਾਂ ਦੀ ਅਸੀਂ ਪਾਰਟੀ 'ਚ ਸ਼ਾਮਿਲ ਹੋਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲੀ ਦਲ ਵਾਲੇ ਜਵਾਬ ਜੋ ਮਾਨ ਸਾਹਿਬ ਦੁਨੀਆਂ ਦੇ ਸਾਰੇ ਇਲਾਕੇ ਦੇ ਵਿਕਾਸ ਕਰਾ ਰਹੇ ਨੇ, ਸਾਨੂੰ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਜੀ ਨੇ ਤਾਂ ਜਵਾਬ ਦੇ ਦਿੱਤਾ ਸੀ। ਅਸੀਂ ਇਲਾਕੇ ਦੇ ਕੰਮ ਵੀ ਕਰਵਾਉਣੇ ਨੇ, ਇਸ ਕਰਕੇ ਅਸੀਂ ਆ ਕਦਮ ਚੱਕੇ। ਉਹਨਾਂ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦੀ, ਕਿਸੇ ਪਾਰਟੀ ਬਾਰੇ ਵੀ ਮੈਂ ਕੁਛ ਨਹੀਂ ਕਹਿਣਾ। ਉਹਨਾਂ ਦੀ ਆਪਣੀਆਂ ਪਾਰਟੀਆਂ ਦਾ ਮਸਲਾ, ਸਾਡੇ ਨਾਲ ਕੋਈ ਨਹੀਂ। ਲੋਕਾਂ ਨੂੰ ਸੁਣਦੇ ਆ ਫੈਸਲਾ, ਲੋਕਾਂ ਦੀ ਗੱਲ ਨੂੰ ਸੁਣਦੇ ਆ ਫੈਸਲਾ। ਸਾਨੂੰ ਕੋਈ ਕਿਸੇ ਨੇ ਕੁਛ ਨਹੀਂ ਦਿੱਤਾ, ਅਸੀਂ ਆਪਣੇ ਕੰਮਾਂ ਨੂੰ ਦੇਖ ਕੇ ਅਤੇ ਆਪਣਾ ਫੈਸਲਾ ਲਿਆ। ਦੇਖੋ ਅੱਜ ਦਾ ਮੌਕਾ ਜਿਹੜਾ ਲੋਕ ਵੀ ਕੰਮ ਭਾਲਦੇ ਨੇ ਉਹ ਹੈਗਾ ਬੀਬੀ ਸੁਰਜੀਤ ਕੌਰ ਜੀ ਦੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਨਾਲ ਸਾਨੂੰ ਬਹੁਤ ਬਲ ਮਿਲੇ। ਔਰ ਆਮ ਆਦਮੀ ਪਾਰਟੀ ਇਹ ਸੀਟ ਜਲੰਧਰ ਵੈਸਟ ਦੀ ਬਹੁਤ ਵੱਡੇ ਮਾਰਜਨ ਨਾਲ ਜਿੱਤਣ ਜਾ ਰਹੀ ਹੈ, ਕਿਉਂਕਿ ਜਲੰਧਰ ਵੈਸਟ ਦੇ ਲੋਕਾਂ ਨੂੰ ਕੰਮ ਚਾਹੀਦੇ ਆ ਅਤੇ ਸਰਕਾਰ ਹੀ ਕੰਮ ਕਰ ਸਕਦੀ ਹੈ। ਇਹ ਪਰਿਵਾਰ ਜਿਹੜਾ ਆ ਬੜਾ ਟਕਸਾਲੀ ਅਕਾਲੀ ਪਰਿਵਾਰ ਆ, ਸ਼ਰੀਫ ਪਰਿਵਾਰ। ਇਹ
ਸ਼ਾਇਦ ਕਈ ਵਾਰੀ ਪਹਿਲੀ ਵਾਰੀ ਇਹਨਾਂ ਦਾ ਮੌਕਾ ਵੀ ਤੁਹਾਨੂੰ ਇਹ ਫੇਸ ਕਰ ਰਿਹਾ। ਇਹ ਆਪਣੇ ਭਾਈਚਾਰੇ ਦੇ ਕੰਮ ਵੀ ਕਰਾਉਣਾ ਚਾਹੁੰਦੇ ਆ ਕਿਉਂਕਿ ਪਿੱਛੇ ਰਹਿ ਗਏ ਲੋਕ। ਸੋ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਅਕਾਲੀ ਦਲ ਦੇ ਜੋ ਹਾਲਾਤ ਆ ਮੇਰੇ ਨਾਲੋਂ ਵੀ ਬਿਹਤਰ ਹੁਣ ਤੁਸੀਂ ਸਾਰੇ ਜਾਣਦੇ ਵੀ ਉਹ ਕਿਹੋ ਜਿਹਾ ਖਿਲਾਰਾ ਪਾ ਕੇ ਬੈਠੇ ਆ। ਪੰਜਾਬ ਦੇ ਲੋਕਾਂ ਨੂੰ ਹੁਣ ਉਹਨਾਂ ਤੋਂ ਕੋਈ ਉਮੀਦ ਨਹੀਂ ਅਤੇ ਹੁਣ ਪੰਜਾਬ ਦਾ ਭਵਿੱਖ ਪੰਜਾਬ ਦੇ ਸਾਰੇ ਵਰਗਾਂ ਦੀ ਜਿਹੜੀ ਰਹਿਨਮਾਈ ਅਤੇ ਅਗਵਾਈ ਉਹ ਆਮ ਆਦਮੀ ਪਾਰਟੀ ਕਰ ਰਹੀ ਹੈ। ਦੇਖੋ ਉਹਦਾ ਝੁੰਦਾ ਕਮੇਟੀ ਦਾ ਕੋਈ ਟਾਈਮ ਸੀ ਉਹਦੇ ਉੱਤੇ ਕਾਰਵਾਈ ਕਰਨ ਦਾ, ਉਹਨੂੰ ਲਾਗੂ ਕਰਨ ਦਾ। ਹੁਣ ਉਹ ਟਾਈਮ ਨਿਕਲ ਚੁੱਕਿਆ, ਹੁਣ ਕੋਈ ਫਾਇਦਾ ਨਹੀਂ। ਬੀਤੇ ਸਮੇਂ ਦੀ ਗੱਲ ਹੋ ਗਈ ਕਿਉਂਕਿ ਇਕਬਾਲ ਸਿੰਘ ਝੁੰਦਾ ਜਿਹੜੇ ਚੇਅਰਮੈਨ ਸੀ ਉਹ ਤਾਂ ਆਪ ਚੋਣ ਲੜਨ ਨੂੰ ਕਾਹਲੇ ਪੈ ਗਏ। ਉਹਨਾਂ ਨੂੰ ਅਸੀਂ ਕਿਹਾ ਸੀ ਪਰ ਉਹਨਾਂ ਨੂੰ ਚੋਣ ਲੜਨੀ ਪੈਰੀ ਹੋ ਗਈ ਸੰਗਰੂਰ ਤੋਂ ਅਤੇ ਜੋ ਫਿਰ ਹਾਲ ਉੱਥੇ ਹੋਇਆ ਮਤਲਬ ਪੰਜ ਵਾਰੀ ਸਮਝ ਲਓ ਜਮਾਨਤ ਜ਼ਬਤ ਹੋ ਗਈ ਇੱਕੋ ਇਲੈਕਸ਼ਨ। ਦੇਖੋ ਨੁਕਤੇ ਦਵਾਈ ਮਰੀਜ਼ ਨੂੰ ਟਾਈਮ ਸਿਰ ਦੇ ਦਿਓ ਨਾ ਤਾਂ ਠੀਕ ਹੋ ਜਾਂਦਾ ਅਤੇ ਜਦੋਂ ਮਰੀਜ਼ ਦੀ ਹਾਲਤ ਜ਼ਿਆਦਾ ਮਾੜੀ ਹੋ ਜਾਵੇ ਫਿਰ ਦਵਾਈਆਂ ਕੀ ਕਰ ਲੈਣਗੀਆਂ। ਇਹ ਦਵਾਈ ਸੀ ਝੁੰਦਾ ਕਮੇਟੀ ਦੀਆਂ ਰਿਕਮੈਂਡੇਸ਼ਨ। ਥੈਂਕ ਯੂ ਵੈਰੀ ਮੱਚ। ਤੁਸੀਂ ਕਰਨਾ ਭਗਤ ਜੀ ਇੱਕ ਮਿੰਟ ਸੋਰੀ।